ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਟਰੱਕ ਦੇ ਆਪਾਂ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਫਲੋਰ ਪਾਈ ਦਿਖਾਈ ਸੀਗੀ ਟਰੱਕ ਦੀ। ਬਾਈ ਹੁਣੀ ਟਰੱਕ ਲੈਣ ਆਏ ਆ, ਆਵੇ ਔਰੇਂਜ ਕਲਰ ਦੀ ਫਲੋਰ ਸਾਰੀ, ਅਤੇ ਗ੍ਰੇ ਅਤੇ ਔਰੇਂਜ ਦੇ ਵਿੱਚ ਆਪਾਂ ਇਹਦਾ ਸੀਟ ਬਣਾਈ ਆ। ਗ੍ਰੇ ਹੀ ਬੋਕਸ ਨੂੰ ਲਾਇਆ ਥੱਲੇ, ਅਤੇ ਪੈਨ ਨੂੰ ਬੋਕਸ ਬਣਾਇਆ ਬਾਈ ਦੇ। ਆਹ ਦੇਖੋ ਪੂਰਾ ਸਾਰਾ ਡਾਇਮੰਡ ਕੱਟ ਦੇ ਵਿੱਚ ਬਾਈ ਨੇ ਕਰਾਇਆ ਔਰੇਂਜ। ਕੋਈ ਸਪੇਸ ਇੱਧਰ ਨਹੀਂ ਹੈਗੀ ਐਕਸਟਰਾ, ਕੋਈ ਉੱਧਰ ਨਹੀਂ ਹੈਗੀ ਐਕਸਟਰਾ। ਬਾਕੀ ਬਾਈ ਉਹਨਾਂ ਨੂੰ ਪੌਦਿਆਂ ਵਿੱਚ ਕਿਵੇਂ ਲੱਗਿਆ ਇਹਨੂੰ, ਬਾਈ ਉਹਨਾਂ ਦਾ ਦੱਸੋ ਵੀ ਜੀ ਕਿਵੇਂ ਲੱਗਿਆ ਤੁਹਾਨੂੰ ਕੰਮ? ਮੈਂ ਬਾਈ ਸਿਰਾ ਕਰਾਤਾ ਹਨਾ, ਜਿਵੇਂ ਪੰਜਾਬੀ ਆਪਣੇ ਬਜ਼ੁਰਗ ਪਹਿਲਾਂ ਕਹਿ ਦਿੰਦੇ ਨੇ, ਬਹੁਤ ਆਲਾ ਚੀਜ਼ ਬਣਾਈ ਆ ਵੀ, ਦੇਖ ਕੇ ਰੂਹ ਖੁਸ਼ ਹੋ ਗਈ। ਠੀਕ ਹੈ ਬਹੁਤ ਦੇਖਿਆ ਯਾਰ ਕੰਮ, ਪਰ ਨਜ਼ਾਰਾ ਆ ਗਿਆ ਬਾਈ। ਕਿੰਨੇ ਨੰਬਰ ਦਓਗੇ ਤੁਸੀਂ, ਕਿੰਨੇ ਸਟਾਰ ਦਓਗੇ ਪੰਜਾਂ 'ਚ? ਮੈਂ ਕਹਿੰਦਾ ਸਟਾਰ ਮੌਕੇ ਜਾਣਗੇ।